ਇੱਥੇ ਕੀ ਹੁੰਦਾ ਹੈ ਕਿ ਇੱਕ ਯੂਨੀਵਰਸਿਟੀ ਦੇ ਕਤਲਾ ਪਰੂ ਹੋ ਗਿਆ, ਉਹ ਆਪਣੇ ਧੜੇ ਦੀ ਸਰਪ੍ਰਸਤੀ ਵਾਸਤੇ ਹਰ ਇੱਕ ਵਿਰੋਧੀ ਵਿਚਾਰ ਨੂੰ ਵੀ ਵਿਰੋਧੀ ਧੜੇ ਨੂੰ ਵੀ ਨਿਪੀੜਨ ਤੱਕ ਜਾਂਦਾ ਹੈ, ਜਿਸ ਤਰ੍ਹਾਂ ਸਰਕਾਰਾਂ ਕਰਦੀਆਂ, ਜਿਸ ਤਰ੍ਹਾਂ ਉਹ ਰਾਜੇ ਕਰਦੇ ਸੀਗੇ, ਉਸ ਤਰ੍ਹਾਂ ਇਹ ਯੂਨੀਵਰਸਿਟੀਆਂ ਦਾ ਆਪਣਾ ਕਿਰਦਾਰ ਹੋ ਗਿਆ। ਮਨਵੀਰ ਕਵਾਣਾ ਜੀ ਆਪਣੇ ਵਿਚਾਰ ਪੇਸ਼ ਕਰ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਕਾਨੂੰਨੀ ਰੂਪ ਵਿੱਚ ਜਿਸ ਕਿਸਮ ਦੀ ਵੀ ਮੇਰੇ ਕੋਲੋਂ ਤੁਹਾਨੂੰ ਜ਼ਰੂਰਤ ਹੋਵੇ, ਮੈਂ ਹਮੇਸ਼ਾ ਤੁਹਾਡੇ ਨਾਲ ਖੜਾ ਹਾਂ। ਕਿ ਯੂਨੀਵਰਸਿਟੀ ਦੇ ਵਿੱਚ ਕਿੱਥੋਂ ਇਹ ਚੀਜ਼ ਸ਼ੁਰੂ ਹੋਈ ਅਤੇ ਇੱਕ ਪ੍ਰੋਫੈਸਰ ਨੇ ਕਿਸ ਤਰ੍ਹਾਂ ਉਹਦਾ ਬਿਹੇਵੀਅਰ ਸੀਗਾ ਜੋ ਰਿਪੋਰਟ ਦੇ ਵਿੱਚ ਵੀ ਜੋ ਅਸ਼ਲੀਲ ਪਾਇਆ ਗਿਆ। ਮਨਵੀਰ ਤਵਾਣਾ ਜੀ ਆਪਣੇ ਵਿਚਾਰ ਪੇਸ਼ ਕਰ। ਅੱਜ ਮੈਨੂੰ ਇੱਥੇ ਜੋ ਸੱਦਾ ਮਿਲਿਆ ਤੇ ਜੋ ਜੋ ਸਾਰੀਆਂ ਗੱਲਾਂ ਪਤਾ ਲੱਗੀਆਂ, ਜੋ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਵਧੀਕਿਆਂ ਕਰ ਰਿਹਾ, ਉਸ ਦੇ ਲਈ ਬਹੁਤ ਹੀ ਮੰਦਭਾਗੀ ਗੱਲ ਹੈ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਾਨੂੰਨ ਅਨੁਸਾਰ ਜੋ ਵੀ ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ ਹੈ, ਕਿਉਂਕਿ ਕਦੇ ਅਸੀਂ ਵੀ ਇੱਥੇ ਹੀ ਵਿਦਿਆਰਥੀ ਰੂਪ ਦੇ ਵਿੱਚ ਵਿਚਰੇ ਹਾਂ, ਮੈਂ ਸਮਝ ਸਕਦਾ ਹਾਂ ਕਿ ਵਿਦਿਆਰਥੀਆਂ ਦੇ ਇੱਕ ਜਜ਼ਬਾਤ ਹੁੰਦੇ ਹਨ, ਨਿਰਛਲ ਹੁੰਦੇ ਹਨ, ਸੱਚੇ ਸੁੱਚੇ ਹੋ ਕੇ ਸਭ ਤੋਂ ਆਪਣੇ ਹੱਕਾਂ ਲਈ ਗੱਲ ਕਰਦੇ ਹਨ। ਜੋ ਇਹ ਪੇਚਦਾਰ ਸਿਆਸਤਾਂ ਨੇ ਜਾਂ ਪ੍ਰਸ਼ਾਸਨ ਦੀਆਂ ਵਧੀਕੀਆਂ ਨੇ, ਉਹਨਾਂ ਦਾ ਖਮਿਆਜ਼ਾ ਹਮੇਸ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈਂਦਾ ਹੈ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਾਨੂੰਨੀ ਰੂਪ ਵਿੱਚ ਜਿਸ ਕਿਸਮ ਦੀ ਵੀ ਮੇਰੇ ਕੋਲੋਂ ਤੁਹਾਨੂੰ ਜ਼ਰੂਰਤ ਹੋਵੇ, ਮੈਂ ਹਮੇਸ਼ਾ ਤੁਹਾਡੇ ਨਾਲ ਖੜਾ ਹਾਂ। ਇੰਨਾ ਕਹਿੰਦਾ ਹੋਏ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਸੰਘਰਸ਼ ਦਾ ਅੱਜ ਸਾਨੂੰ ਵੀ ਨਾਲ ਹਿੱਸਾ ਬਣਾਇਆ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ। ਜਸ਼ਨਦੀਪ ਕੌਰ ਇਨਸਾਫ ਮੋਰਚਾ ਦੇ ਵਿੱਚ ਪਹੁੰਚੇ ਸਾਰੇ ਵਿਦਿਆਰਥੀ ਸਾਥੀਆਂ ਅਤੇ ਬਾਹਰੋਂ ਆਏ ਇਨਸਾਫ ਪਸੰਦ ਲੋਕਾਂ ਦਾ ਬਹੁਤ ਧੰਨਵਾਦ। ਅਤੇ ਇਹ ਜੋ ਮੋਰਚੇ ਦਾ ਜੋ ਕਾਰਨ ਰਹੇ ਨੇ ਉਹ ਮੈਨੂੰ ਲੱਗਦਾ ਕਿ ਆਪਣੇ ਤੋਂ ਲੁਕੇ ਛਿਪੇ ਨੇ ਕਿਸੇ ਤੋਂ ਵੀ। ਪਿਛਲੇ 3-3.5 ਮਹੀਨਿਆਂ ਤੋਂ ਲਗਾਤਾਰ ਆਪਾਂ ਇਸ ਮੁੱਦੇ ਦੇ ਨਾਲ ਅਪਡੇਟ ਰਹਿ ਰਹੇ ਹਾਂ ਕਿ ਯੂਨੀਵਰਸਿਟੀ ਦੇ ਵਿੱਚ ਕਿੱਥੋਂ ਇਹ ਚੀਜ਼ ਸ਼ੁਰੂ ਹੋਈ ਅਤੇ ਇੱਕ ਪ੍ਰੋਫੈਸਰ ਨੇ ਕਿਸ ਤਰ੍ਹਾਂ ਉਹਦਾ ਬਿਹੇਵੀਅਰ ਸੀਗਾ ਜੋ ਰਿਪੋਰਟ ਦੇ ਵਿੱਚ ਵੀ ਜੋ ਅਸ਼ਲੀਲ ਪਾਇਆ ਗਿਆ। ਅਤੇ ਬਹੁਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਚਾਹੇ ਕਿ ਉਹ ਪ੍ਰੋਫੈਸਰ ਦੇ ਨਾਲ ਕਿਤੇ ਕਿਤੇ ਜੁੜੇ ਹੋਏ ਸੀ, ਚਾਹੇ ਉਹ ਮਤਲਬ ਬਾਹਰੋਂ ਵਿਦਿਆਰਥੀਆਂ ਤੋਂ, ਉਹਨਾਂ ਦੇ ਵਿਦਿਆਰਥੀਆਂ ਤੋਂ ਸੁਣਦੇ ਹੁੰਦੇ ਸੀ। ਯੂਨੀਵਰਸਿਟੀ ਦੇ ਮੈਨੂੰ ਲੱਗਦਾ ਲਗਭਗ 40-50% ਵਿਦਿਆਰਥੀਆਂ ਨੂੰ ਉਸ ਪ੍ਰੋਫੈਸਰ ਦੇ ਰਵੱਈਏ ਬਾਰੇ ਪਹਿਲਾਂ ਤੋਂ ਵੀ ਪਤਾ ਸੀ, ਪਰ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਹੁੰਦੇ ਆ, ਵੈਸੇ ਮੰਨਿਆ ਜਾਂਦਾ ਕਿ ਇਨਸਾਫ ਪਸੰਦ ਹੁੰਦੇ ਨੇ, ਚੇਤਨ ਹੁੰਦੇ ਨੇ, ਜਾਗਰੂਕ ਹੁੰਦੇ ਨੇ, ਜਗਿਆਸੂ ਹੁੰਦੇ ਨੇ, ਪਰ ਇਸ ਮਾਮਲੇ ਦੇ ਵਿੱਚ ਵਿਦਿਆਰਥੀਆਂ ਨੇ ਲਗਾਤਾਰ ਉਸ ਪ੍ਰੋਫੈਸਰ ਦਾ ਵਿਵਹਾਰ ਸੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਜਦੋਂ ਦਾ ਉਹ ਇੱਥੇ ਸਰਵਿਸ ਦੇ ਵਿੱਚ ਸੀ, ਇਸੇ ਤਰ੍ਹਾਂ ਦਾ ਰਵੱਈਆ ਜੋ ਵਿਦਿਆਰਥੀਆਂ ਪ੍ਰਤੀ ਪਾਇਆ ਗਿਆ ਸੀ। ਉਹ ਵਿਦਿਆਰਥੀ ਖੁਦ ਵੀ ਜਿਹੜੇ ਹੁਣ ਅੱਜ ਉਹਨਾਂ ਦੇ ਅੰਡਰ PhDਆਂ ਕਰ ਰਹੇ ਨੇ, ਉਹ ਵਿਦਿਆਰਥੀ ਉਸ ਸਮੇਂ ਦੇ ਵਿੱਚ ਜਦੋਂ ਉਹਨਾਂ ਤੋਂ MA ਕਰ ਰਹੇ ਸੀ, ਉਹਨਾਂ ਤੋਂ ਪੜ੍ਹ ਰਹੇ ਸੀ ਕਲਾਸਾਂ ਦੇ ਵਿੱਚ, ਉਸ ਸਮੇਂ ਦੇ ਵਿੱਚ ਉਹਨਾਂ ਨਾਲ ਵੀ ਸੇਮ ਬਿਹੇਵੀਅਰ ਹੋਇਆ। ਤੇ ਉਸ ਸਮੇਂ ਵਿਦਿਆਰਥੀ ਕਹਿੰਦੇ ਹੁੰਦੇ ਸੀ ਕਿ ਇਹ
ਜਿਹੜਾ ਪ੍ਰੋਫੈਸਰ ਦਾ ਜਿਹੜਾ ਇਹਨੇ ਮਤਲਬ ਇਸ ਤਰ੍ਹਾਂ ਬਿਹੇਵੀਅਰ ਹੈ ਜਵਾਕਾਂ ਦਾ, ਇਹ ਕਿਤੇ ਨਾ ਕਿਤੇ ਮਾਰ ਖਾਊਗਾ, ਇਹ ਕਿਤੇ ਨਾ ਕਿਤੇ ਨੁਕਸਾਨ ਦਾ ਇੱਕ ਹੋਰ ਇਹਦੇ ਲਈ ਚੀਜ਼। ਉਸ ਟਾਈਮ ਉਹਨਾਂ ਦਾ ਜੋ ਉਸ ਸੁਰਜੀਤ ਪ੍ਰੋਫੈਸਰ ਲਈ ਜੋ ਰਵੱਈਆ ਸੀਗਾ ਉਹ ਇਸੇ ਤਰ੍ਹਾਂ ਦਾ ਸੀਗਾ ਜੋ ਅੱਜ ਅਸੀਂ ਕਰ ਰਹੇ ਹਾਂ। ਪਰ ਕੁਛ ਕੁ ਜਦੋਂ ਆਪਾਂ ਅੱਗੇ ਵੱਧਦੇ ਹਾਂ, PhD ਦੇ ਵਿੱਚ ਪੈਂਦੇ ਹਾਂ, ਜਦੋਂ ਆਪਾਂ ਨੂੰ ਨੌਕਰੀਆਂ ਦੀ ਲਾਲਸਾ ਹੋ ਜਾਂਦੀ ਆ, ਜਦੋਂ ਆਪਾਂ ਨੂੰ ਪਦਵੀਆਂ ਦੀ ਲਾਲਸਾ ਹੋ ਜਾਂਦੀ ਆ, ਉਦੋਂ ਆਪਾਂ ਕਿਤੇ ਨਾ ਕਿਤੇ ਸੱਚ ਤੋਂ ਕੰਨੀ ਕਤਰਾਉਣ ਲੱਗ ਜਾਂਦੇ। ਬਿਲਕੁਲ ਉਹੀ ਜੋ ਮਾਹੌਲ ਅੱਜ ਬਣਿਆ ਹੋਇਆ ਆ, ਜਿਹੜੇ ਉਸ ਪ੍ਰੋਫੈਸਰ ਨੂੰ ਬਚਾਉਣ ਦੇ ਵਿੱਚ ਉਹਦੇ PhD ਸਕਾਲਰ, ਉਹਦੇ ਹੋਰ ਜਿਹੜੇ ਸਾਥੀ ਲੱਗੇ ਹੋਏ ਨੇ, ਉਹ ਉਹਦੇ ਬਿਹੇਵੀਅਰ ਤੋਂ ਚੰਗੀ ਤਰ੍ਹਾਂ ਜਾਣੂ ਨੇ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਪਹਿਲਾਂ ਕੀ ਕਰਦਾ ਆ ਤੇ ਜਸ਼ਨਦੀਪ ਕੌਰ ਦੇ ਨਾਲ ਕੀ ਹੋਇਆ, ਉਹਦੀ ਮੌਤ ਦਾ ਕਾਰਨ ਚਾਹੇ ਉਹ ਕਿਵੇਂ ਵੀ ਬਣਾ ਲੈਣ, ਬਿਮਾਰੀ ਸੀ ਉਹ ਲੱਖ ਕਹਿ ਲੈਣ, ਪਰ ਇਹ ਗੱਲ ਸਾਬਿਤ ਵੀ ਹੋ ਚੁੱਕੀ ਹੈ ਰਿਪੋਰਟ ਦੇ ਵਿੱਚ ਵੀ ਉਹਦਾ ਵਿਵਹਾਰ ਅਸ਼ਲੀਲ ਸੀ ਤੇ ਗਲਤ ਸੀਗਾ, ਕਿਤੇ ਨਾ ਕਿਤੇ ਮੈਂਟਲੀ ਹਰਾਸ਼। ਜਸ਼ਨਦੀਪ ਕੌਰ ਤੋਂ ਪਹਿਲਾਂ ਪਤਾ ਹੀ ਨਹੀਂ ਕਿੰਨੇ ਕੁ ਵਿਦਿਆਰਥਣਾਂ ਤੇ ਵਿਦਿਆਰਥੀਆਂ ਦੇ ਨਾਲ ਇਹ ਸਭ ਕੁਛ ਹੋ ਚੁੱਕਿਆ ਆ। ਉਹ ਬੰਦਾ ਕਲਾਸ ਦੇ ਵਿੱਚ ਕਹਿ ਕੇ ਵਿਦਿਆਰਥੀਆਂ ਤੋਂ ਛੁਡਾ ਦਿੰਦਾ ਹੁੰਦਾ ਸੀ ਕਲਾਸਾਂ ਤੇ ਕੋਰਸ ਕਿ ਛੱਡਦੇ MA, ਮੈਂ ਤੈਨੂੰ ਪੂਰੀ ਤਾਂ ਹੋਣ ਨਹੀਂ ਦਿੰਦਾ। ਇਹ ਲਗਭਗ ਹਰੇਕ ਸਾਲ ਇਹ ਚੀਜ਼ਾਂ ਵਾਪਰਦੀਆਂ ਰਹੀਆਂ ਨੇ, ਵਿਦਿਆਰਥੀਆਂ ਨੇ ਅੱਖੀ ਦੇਖੀਆਂ। ਜਿਹੜੇ ਅੱਜ ਉਹ ਬਚਾਉਣ ਦੇ ਵਿੱਚ ਡਟੇ ਹੋਏ ਨੇ ਵਿਦਿਆਰਥੀ, ਉਹਨਾਂ ਦੇ ਸਾਰਿਆਂ ਦੇ ਨਾਲ ਇਹ ਸਾਰਾ ਕੁਛ ਹੋਇਆ ਹੋਇਆ। ਇੱਕ ਵਿਦਿਆਰਥੀ ਉਹਨੂੰ ਚ ਇਹ ਨਹੀਂ ਕਹਿ ਸਕਦਾ ਵੀ ਨਹੀਂ ਅਸੀਂ ਤਾਂ ਕਦੇ ਉਹਨੂੰ ਐਂ ਬੋਲਦੇ ਨੂੰ ਦੇਖਿਆ ਨਹੀਂ। ਚੰਗੀ ਤਰ੍ਹਾਂ ਉਹਦੇ ਬਿਹੇਵੀਅਰ ਤੋਂ ਜਾਣੂ ਸੀ, ਉਹਦੇ ਇਸ ਅਸ਼ਲੀਲ ਵਿਵਹਾਰ ਤੋਂ ਵੀ ਜਾਣੂ ਨੇ ਉਹ। ਪਰ ਇੱਥੇ ਜੇ ਅੱਗੇ ਬਹੁਤੇ ਕਾਰਨ ਹੋ ਸਕਦੇ ਨੇ, ਉਹਨਾਂ ਦੇ ਕੁਛ ਨਿੱਜੀ ਕਾਰਨ ਨੇ ਜਿਸ ਕਰਕੇ ਉਹ ਇਸ ਤਰ੍ਹਾਂ ਦਾ ਅੱਜ ਉਹਨੂੰ ਬਚਾਉਣ ਦੇ ਵਿੱਚ ਲੱਗੇ ਹੋਏ। ਤੇ ਬਾਕੀ ਰਹੀ ਵਿਦਿਆਰਥੀਆਂ ਦੀ ਗੱਲ, ਬਾਕੀ ਜਿਹੜੇ ਹੈਗੇ ਨੇ ਉਹਨਾਂ ਨੂੰ ਘੱਟੋ ਘੱਟ ਯੂਨੀਵਰਸਿਟੀ ਦੇ ਵਿੱਚ ਜਦੋਂ ਆਪਾਂ ਪੜ੍ਹ ਲਾਉਂਦੇ ਹਾਂ, ਇੱਥੇ ਆ ਕੇ ਆਪਣਾ ਇੱਕ ਚੇਤਨ ਵਿਦਿਆਰਥੀ ਹੋਣ ਦਾ ਸਬੂਤ ਦੇਣਾ ਚਾਹੀਦਾ ਆਪਾਂ ਨੂੰ। ਨਹੀਂ ਤਾਂ ਜਿਹੜੇ ਇੱਥੇ ਕੋਰਸ ਨੇ, ਮੈਨੂੰ ਲੱਗਦਾ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਆਰਾਮ ਨਾਲ ਇਹ ਕੋਰਸ ਮਿਲ ਜਾਂਦੇ ਨੇ ਕਾਲਜਾਂ ਦੇ ਵਿੱਚ, ਆਪਾਂ ਉੱਥੋਂ ਵੀ ਕਰ ਸਕਦੇ ਹਾਂ। ਪਰ ਆਪਾਂ ਯੂਨੀਵਰਸਿਟੀ ਦੇ ਵਿੱਚ ਆਉਣੇ ਹੁੰਦੇ ਹਾਂ ਵੀ ਇੱਥੋਂ ਆਪਾਂ ਕੁਛ ਬਿਹਤਰ ਸਿੱਖਾਂਗੇ, ਤੇ ਇੱਥੇ ਆਪਾਂ ਆਸ ਹੁੰਦੀ ਹੈ ਜਦੋਂ ਆਪਾਂ ਆਪਣੇ ਘਰ ਛੱਡ ਕੇ ਪਿੰਡ ਪਰਿਵਾਰ ਛੱਡ ਕੇ ਇੱਥੇ ਰਹਿੰਦੇ ਹਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਆਉਂਦੇ ਹਾਂ ਵੀ ਇੱਥੋਂ ਦਾ ਮਾਹੌਲ ਜਿਹੜਾ ਸਾਨੂੰ ਸਿਖਾਊਗਾ ਵੀ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਸਮਾਜ ਦੇ ਵਿੱਚ ਹੁੰਦੇ ਧੱਕੇ ਨਾਲ ਕਿਵੇਂ ਨਜਿੱਠਣਾ ਆ ਅਸੀਂ। ਪਰ ਜੇ ਇਸ ਕੈਂਪਸ ਦੇ ਵਿੱਚ ਹੀ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਊਗਾ, ਇਸ ਕੈਂਪਸ ਦੇ ਵਿੱਚ ਹੀ ਸਾਡੇ ਨਾਲ ਪ੍ਰਸ਼ਾਸਨ ਇੰਨਾ ਧੱਕਾ ਕਰੂਗਾ, ਤਾਂ ਅਸੀਂ ਕੀ ਉਮੀਦ ਕਰਾਂਗੇ ਵੀ ਇੱਥੋਂ ਇੰਨੇ ਹਰਾਸ਼ ਹੋ ਗਏ ਅਸੀਂ ਸਮਾਜ ਦੇ ਵਿੱਚ ਲੜ ਪਾਵਾਂਗੇ ਅੱਗੇ ਜਾ ਕੇ। ਕੁੜੀਆਂ ਲਈ ਤਾਂ ਇਹ ਗੱਲ ਹੋਰ ਵੀ ਔਖੀ ਹੋ ਜਾਂਦੀ ਹੈ, ਕੁੜੀਆਂ ਨੇ ਇਸ ਮਾਹੌਲ ਦੇ ਵਿੱਚੋਂ ਸਿੱਖਣਾ ਹੁੰਦਾ, ਇੱਥੇ ਆਪਣੀ ਇੱਕ ਸੋਚ ਦਾ ਪੱਧਰ ਬਣਨਾ ਹੁੰਦਾ ਆ ਵੀ ਅੱਗੇ ਜਾ ਕੇ ਅਸੀਂ ਪਰਿਵਾਰ ਸੰਭਾਲਣੇ ਹੁੰਦੇ ਆ, ਅੱਗੇ ਜਾ ਕੇ ਅਸੀਂ ਨੌਕਰੀਆਂ ਲੈਣੀਆਂ, ਪਤਾ ਨਹੀਂ ਕਿੱਥੇ ਕਿੱਥੇ ਸਾਨੂੰ ਸਟੈਪ ਤੇ ਹਰੇਕ ਸਟੈਪ ਤੇ ਲੜਨਾ ਪੈਣਾ ਆ। ਪਰ ਜੇ ਇੱਥੇ ਸਾਨੂੰ ਇੰਨਾ ਮੈਂਟਲੀ ਹਰਾਸ਼ ਕੀਤਾ ਜਾਊਗਾ, ਇੰਨਾ ਸਾਨੂੰ ਦਬਾਇਆ ਜਾਊਗਾ, ਸਾਡੇ ਸੱਚ ਨੂੰ ਦਬਾਇਆ ਜਾਊ, ਸਾਡੀ ਪਰੇਸ਼ਾਨੀਆਂ ਨੂੰ ਦਬਾਇਆ ਜਾਊਗਾ, ਇਗਨੋਰ ਕੀਤਾ ਜਾਊਗਾ, ਤੇ ਆਪਾਂ ਕੀ ਉਮੀਦ ਕਰਾਂਗੇ ਵੀ ਅਸੀਂ ਹਿੰਮਤ ਰਹੂਗੀ ਸਾਡੀ ਵੀ ਅਸੀਂ ਸਮਾਜ ਦੇ ਵਿੱਚ ਜਾ ਕੇ ਹੋਰਾਂ ਨਾਲ ਲੜ ਪਾਵਾਂਗੇ, ਕੱਲ ਨੂੰ ਸਰਕਾਰਾਂ ਨਾਲ ਲੜ ਪਾਵਾਂਗੇ ਅਸੀਂ। ਅੱਜ ਕੱਲ੍ਹ ਤਾਂ ਇੰਨਾ ਔਖਾ ਹੋ ਗਿਆ ਵੀ ਨੌਕਰੀ ਲਈ ਪੋਸਟਾਂ ਵੀ ਕਢਵਾਉਣੀਆਂ ਨੇ, BED ਦੀਆਂ ਪੋਸਟਾਂ ਵੀ ਕਢਵਾਉਣੀਆਂ ਨੇ, ਪ੍ਰੋਫੈਸਰ ਦੀਆਂ ਪੋਸਟਾਂ ਕਢਵਾਉਣੀਆਂ ਨੇ, ਉਹਦੇ ਲਈ ਵੀ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਨੇ, ਤੇ ਅਸੀਂ ਜੇ ਇੱਥੋਂ ਇੰਨੇ ਪਰੇਸ਼ਾਨ ਇੰਨੇ ਮੈਂਟਲੀ ਹਰਾਸ਼ ਹੋ ਕੇ ਨਿਕਲਾਂਗੇ ਤੇ ਅਸੀਂ ਕਿੱਥੋਂ ਸਾਡੇ 'ਚ ਹਿੰਮਤ ਰਹੂਗੀ ਵੀ ਅਸੀਂ ਅੱਗੇ ਜਾ ਕੇ ਲੜ ਪਾਈਏ। ਤੇ ਯੂਨੀਵਰਸਿਟੀ ਦਾ ਫਰਜ਼ ਬਣਦਾ ਆ, ਪ੍ਰਸ਼ਾਸਨ ਦਾ ਫਰਜ਼ ਬਣਦਾ, ਪ੍ਰੋਫੈਸਰਾਂ ਦਾ ਫਰਜ਼ ਬਣਦਾ ਹੈ ਕਿ ਸਾਨੂੰ
ਸੋਚਣ ਲਾਉਣ, ਸਾਨੂੰ ਜਗਿਆਸੂ ਬਣਾਉਣ, ਸਾਨੂੰ ਚੇਤਨ ਬਣਾਉਣ, ਨਾ ਕਿ ਸਾਡੀ ਬਣਦੀ ਜਿਹੜੀ ਪਹਿਲਾਂ ਤੋਂ ਇੱਕ ਸੋਚ ਬਣੀ ਹੋਈ ਹੈ ਉਹਨੂੰ ਵੀ ਦਬਾਉਣ ਤੇ ਲੱਗੇ ਹੋਏ ਨੇ। ਇਹ ਚਲੋ ਇੱਕ ਪ੍ਰੋਫੈਸਰ ਦੇ ਨਾਮ ਤੇ ਮਸਲਾ ਸਾਹਮਣੇ ਆ ਗਿਆ, ਉਹਦੀ ਥੋੜੀ ਜਿਹੀ ਬਿਹੇਵੀਅਰ ਕੁਛ ਜ਼ਿਆਦਾ ਹੀ ਗਲਤ ਸੀਗਾ, ਪਰ ਜੇ ਆਪਾਂ ਇਹ ਸੋਚ ਲਈਏ ਬਾਕੀ ਡਿਪਾਰਟਮੈਂਟ ਦੇ ਵਿਦਿਆਰਥੀ ਇਹ ਸੋਚ ਲੈਣ ਵੀ ਉਹ ਤਾਂ ਪੰਜਾਬੀ ਡਿਪਾਰਟਮੈਂਟ ਦਾ ਸੀ, ਪੰਜਾਬੀ ਨਾ ਇਹ ਕਰਦਾ ਸੀ ਸਾਨੂੰ ਨੀ, ਪਰ ਉਹ ਕਹਿੰਦੇ ਹੁੰਦੇ ਵੀ ਜੇ ਜੰਗਲ ਦੇ ਵਿੱਚ ਇੱਕ ਪਾਸੇ ਅੱਗ ਲੱਗੀ ਹੈ ਤੇ ਆਪਾਂ ਦੂਜੇ ਪਾਸੇ ਲੁਕੇ ਬੈਠੇ ਹਾਂ ਤੇ ਸਾਨੂੰ ਲੱਗਦਾ ਵੀ ਅਸੀਂ ਤਾਂ ਬਚੇ ਹੋਏ ਹਾਂ। ਪਰ ਯੂਨੀਵਰਸਿਟੀ ਵਿੱਚ ਜੇ ਅੱਜ ਐਡੀ ਵੱਡੀ ਘਟਨਾ ਹੋ ਗਈ, ਇੱਕ ਵਿਦਿਆਰਥਣ ਦੀ ਮੌਤ ਹੋ ਗਈ ਤੇ ਉਸ ਪ੍ਰੋਫੈਸਰ ਦੇ ਖਿਲਾਫ ਇੰਨੀਆਂ ਅਰਜ਼ੀਆਂ ਇੰਨੀਆਂ ਕੰਪਲੇਂਟਸ ਜਾ ਚੁੱਕੀਆਂ ਨੇ ਤੇ ਜੇ ਪ੍ਰਸ਼ਾਸਨ ਕੁਛ ਕਰ ਨਹੀਂ ਰਿਹਾ ਨਾ, ਤਾਂ ਇਹਦਾ ਮਤਲਬ ਸਾਫ਼ ਹੈ ਵੀ ਪ੍ਰਸ਼ਾਸਨ ਆਪਣੇ ਨਾਲ ਕਿਤੇ ਵੀ ਸੱਚਾ ਨਹੀਂ ਆ। ਵਿਦਿਆਰਥੀਆਂ ਦੇ ਨਾਲ ਜੇ ਕੱਲ੍ਹ ਨੂੰ ਹੋਰ ਵੀ ਘਟਨਾ ਹੁੰਦੀ ਹੈ ਤਾਂ ਪ੍ਰਸ਼ਾਸਨ ਨਹੀਂ ਖੜੂਗਾ ਆਪਣੇ ਨਾਲ, ਇਹ ਗੱਲ ਹਰ ਇੱਕ ਵਿਦਿਆਰਥੀ ਨੂੰ ਸਮਝ ਲੈਣੀ ਚਾਹੀਦੀ ਹੈ ਯੂਨੀਵਰਸਿਟੀ ਦੇ ਨੂੰ। ਤੇ ਇਹ ਬਹੁਤ ਵਧੀਆ ਮੌਕਾ ਆ ਇਹ ਜੋ ਪੱਕਾ ਮੋਰਚਾ ਅੱਜ ਲਾਉਣ ਲਈ ਮਜਬੂਰ ਹੋਏ ਹਾਂ ਅਸੀਂ, ਤਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਇਹਦੇ ਵਿੱਚ, ਕੁੜੀਆਂ ਨੂੰ ਖਾਸ ਕਰ, ਕਿ ਕੱਲ ਨੂੰ ਆਪਣੇ ਨਾਲ ਵੀ ਕਦੇ ਵੀ ਇਹੋ ਜਿਹੀ ਚੀਜ਼ ਹੋ ਸਕਦੀ ਹੈ। ਇਹ ਸਿਰਫ ਇਕੱਲੇ ਸੁਰਜੀਤ ਦੀ ਗੱਲ ਨਹੀਂ ਹੈ ਵੀ ਉਹਨੇ ਗਲਤ ਕਰਤਾ, ਅੱਜ ਯੂਨੀਵਰਸਿਟੀ ਦਾ ਲਗਭਗ ਬਹੁਤੇ ਕਲਰਕ ਬਹੁਤੇ ਪ੍ਰੋਫੈਸਰ ਇਹੀ ਬਿਹੇਵੀਅਰ ਰੱਖ ਰਹੇ ਨੇ। ਆਪਾਂ ਦੇਖਦੇ ਹਾਂ ਸਾਰੇ, ਆਪਾਂ ਇਹਨਾਂ ਦੇ ਨਾਲ ਲਗਭਗ 3-4 ਸਾਲ ਇੱਥੇ ਰਹਿੰਦੇ ਵਿਦਿਆਰਥੀ ਜਾਣ ਜਾਂਦੇ ਨੇ, ਤਾਂ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਅਵੇਅਰ ਹੋਣ ਦੀ ਲੋੜ ਆ। ਜੇ ਆਪਾਂ ਯੂਨੀਵਰਸਿਟੀ ਵਿੱਚ ਆ ਕੇ ਵੀ ਇੱਦਾਂ ਹੀ ਡਿਗਰੀਆਂ ਲੈ ਕੇ ਜਾਣਾ ਆ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਤੇ ਜਦੋਂ ਵੀ ਆਪਾਂ ਆਪਦੇ ਘਰਾਂ ਦੇ ਵਿੱਚੋਂ ਨਿਕਲ ਕੇ ਇੱਥੇ ਡਿਗਰੀਆਂ ਲੈਣ ਆਉਂਦੇ ਆ ਤਾਂ ਹਰੇਕ ਵਿਦਿਆਰਥੀ ਦੇ ਮਨ 'ਚ ਇਹ ਸੋਚ ਹੁੰਦੀ ਹੈ ਵੀ ਅਸੀਂ ਇੱਥੇ ਆ ਕੇ ਵੱਡੇ ਮਾਹੌਲ ਦੇ ਵਿੱਚ ਪਾਲਣਾ ਆ, ਇੱਥੇ ਐਡੇ ਵਿਦਵਾਨ ਲੋਕਾਂ ਦੇ ਨਾਲ ਮਤਲਬ ਵਿਚਰਨਾ ਆ, ਪ੍ਰੋਫੈਸਰਾਂ ਤੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਣਾ। ਸ਼ਾਇਦ ਸਾਡੀ ਭੈਣ ਜਸ਼ਨਦੀਪ ਕੌਰ ਵੀ ਇਹੀ ਸੋਚ ਕੇ ਆਈ ਸੀ ਕਿਤੇ ਨਾ ਕਿਤੇ, IAS ਦੀ ਸੋਚ ਰੱਖਣ ਵਾਲੀ ਵਿਦਿਆਰਥਣ ਨਾ, ਜਦੋਂ ਇਹੋ ਜਿਹਾ ਕੁਛ ਹੁੰਦਾ ਹੈ ਇੰਨੀ ਮੈਂਟਲੀ ਹਰਾਸ਼ਮੈਂਟ ਹੁੰਦੀ ਹੈ ਤੇ ਉਹ ਸਾਰੇ ਪ੍ਰਸ਼ਾਸਨ ਲਈ ਬੜੀ ਸ਼ਰਮ ਦੀ ਗੱਲ ਹੈ। ਤੁਸੀਂ ਯੂਨੀਵਰਸਿਟੀ ਦੇ ਵਿੱਚੋਂ ਵਿਦਿਆਰਥੀਆਂ ਨੂੰ ਕੀ ਬਣਾ ਦਿਓਗੇ, ਤੁਸੀਂ ਕਿੱਥੋਂ ਵਿਦਿਆਰਥੀਆਂ ਨੂੰ ਮਤਲਬ ਕਿ ਲੜਨ ਲਾ ਦੋਗੇ ਕੱਲ ਨੂੰ ਸਰਕਾਰਾਂ ਦੇ ਨਾਲ, ਜੇ ਤੁਸੀਂ ਵਿਦਿਆਰਥੀਆਂ ਨੂੰ ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਦਬਾ ਰਹੇ ਹੋ। ਪ੍ਰਸ਼ਾਸਨ ਦਾ ਕੀ ਫਰਜ਼ ਨਹੀਂ ਬਣਦਾ ਵੀ ਜੇ ਕੁੜੀਆਂ ਤੁਹਾਡੇ ਕੋਲ ਅਰਜ਼ ਲੈ ਕੇ ਆ ਰਹੀਆਂ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਨਾਲ ਗਲਤ ਹੋ ਰਿਹਾ ਤੇ ਮਤਲਬ ਚੁੱਪ ਕਰਕੇ ਬੈਠੇ ਨੇ ਉਹ, ਬਹੁਤ ਗਲਤ ਗੱਲ ਹੈ। ਪ੍ਰਸ਼ਾਸਨ ਲਈ ਬਹੁਤ ਸ਼ਰਮ ਦੀ ਗੱਲ ਆ, ਬਹੁਤ ਲਾਣਤ ਦੀ ਗੱਲ ਆ ਪ੍ਰਸ਼ਾਸਨ ਦੇ ਲਈ, ਸਾਡੇ VC ਸਾਹਿਬ ਦੇ ਲਈ, ਸਾਡੇ ਹੋਰ ਪ੍ਰੋਫੈਸਰਾਂ ਦੇ ਲਈ ਜਿਹੜੇ ਇਸ ਚੀਜ਼ ਦੇ ਵਿਰੁੱਧ ਆਵਾਜ਼ ਨਹੀਂ ਉਠਾ ਰਹੇ ਸੁਰਜੀਤ ਦੇ ਜੋ ਬਿਹੇਵੀਅਰ ਆ। ਹਾਲਾਂਕਿ ਸਾਰੇ ਜਾਣਦੇ, ਇਹ ਗੱਲ ਮੈਂ ਦਾਅਵੇ ਨਾਲ ਕਹਿ ਰਹੀ ਹਾਂ ਕਿ ਸੁਰਜੀਤ ਪ੍ਰੋਫੈਸਰ ਬਾਰੇ ਉਹਦੇ ਡਿਪਾਰਟਮੈਂਟ ਤੋਂ ਇਲਾਵਾ ਬਾਕੀ ਡਿਪਾਰਟਮੈਂਟਾਂ ਦੇ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਉਹਦੇ ਬਾਰੇ, ਤੇ ਆਪਾਂ ਨੂੰ ਸੱਚ ਦੇ ਨਾਲ ਖੜਨਾ ਚਾਹੀਦਾ। ਕਿਤੇ ਨਾ ਕਿਤੇ ਆਪਾਂ ਜਾ ਕੇ ਜ਼ਮੀਰਾਂ ਹੋਣ ਦਾ ਸਬੂਤ ਦਈਏ, ਨਾ ਕਿ ਆਪਾਂ ਹੋਸਟਲਾਂ ਦੇ ਵਿੱਚ ਬੈਠ ਕੇ ਲਾਇਬ੍ਰੇਰੀਆਂ ਦੇ ਵਿੱਚ ਬੈਠ ਕੇ ਨੌਕਰੀਆਂ ਮਿਲ ਜਾਣੀਆਂ ਨੇ, ਨੌਕਰੀਆਂ ਸਾਰਿਆਂ ਨੇ ਲੈ ਲੈਣੀਆਂ, ਪਰ ਅੱਜ ਦੇ ਸਮਾਜ ਦੇ ਵਿੱਚ ਜਿਵੇਂ ਆਪਾਂ ਅੱਗੇ ਵਧਣਾ ਆ ਤਾਂ ਆਪਾਂ ਉਸ ਹਰ ਸਟੈਪ ਤੇ ਲੜਨਾ ਪੈਣਾ ਆ। ਅੱਜ ਆਪਾਂ ਨੀਵੀਆਂ ਪਾ ਕੇ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਪੜ੍ਹ ਕੇ ਨੌਕਰੀ ਲੈ ਲਾਂਗੇ, ਕੱਲ ਨੂੰ ਗਾਂਹ ਵੀ ਸਰਕਾਰਾਂ ਖੜੀਆਂ ਨੇ ਉਹਨਾਂ ਦੇ ਨਾਲ ਵੀ ਮੱਥਾ ਲਾਉਣਾ ਆਪਾਂ। ਇਹ ਤਾਂ ਬਹੁਤ ਛੋਟਾ ਜਿਹਾ ਪ੍ਰਸ਼ਾਸਨ ਹੈ, ਇਹ ਤਾਂ 5-7 ਕੁ ਬੰਦੇ ਨੇ ਜਿਹਨਾਂ ਦੇ ਨਾਲ ਆਪਾਂ ਨਜਿੱਠ ਰਹੇ ਹਾਂ, ਕੱਲ ਨੂੰ ਪਤਾ ਨਹੀਂ ਕਿੱਥੇ ਕਿੱਥੇ ਲੜਨਾ ਪੈਣਾ ਆਪਾਂ ਨੂੰ, ਉੱਥੇ ਆਪਾਂ ਕਿਵੇਂ ਲੜਾਂਗੇ, ਉੱਥੇ ਵੀ ਕਿਤੇ ਨਾ ਕਿਤੇ ਹਾਰਨਾ ਪੈਣਾ। ਫਿਰ ਜੇ ਆਪਾਂ ਅੱਜ ਇੱਥੇ ਇਹ ਸੋਚ ਕੇ ਬੈਠੇ ਹੋਏ ਹਾਂ ਵੀ ਚੱਲ ਕੋਈ ਨੀ ਉਹਦੇ ਨਾਲ ਹੀ ਹੋਈ ਹੈ, ਜਸ਼ਨਦੀਪ ਨਾਲ ਹੀ ਹੋਈ ਹੈ, ਆਪਾਂ ਨੂੰ ਸੋਚਣ ਦੀ ਲੋੜ ਆ ਕਿਤੇ ਨਾ ਕਿਤੇ। ਤੇ ਇਹ ਇੱਕ ਮੌਕਾ ਹੀ ਆਪਣੇ ਕੋਲ ਵੀ ਜਿਹਦੇ ਨਾਲ ਆਪਾਂ ਯੂਨੀਵਰਸਿਟੀ ਦਾ ਸੁਧਾਰ ਕਰ ਸਕਦੇ ਹਾਂ ਕੁਛ। ਮੈਨੂੰ ਲੱਗਦਾ ਹੁੰਦਾ ਇਹ ਏਡੇ ਵੱਡੇ ਪੱਧਰ ਤੇ ਮੁੱਦਾ ਪਹੁੰਚ ਗਿਆ ਹੁਣ, ਕਿਉਂਕਿ ਪ੍ਰਸ਼ਾਸਨ ਚੁੱਪ ਹੈ, ਕੋਈ ਸੁਣ ਨਹੀਂ ਰਿਹਾ, ਕੋਈ ਕਰ ਨਹੀਂ ਰਿਹਾ, ਤਾਂ ਬਹੁਤ ਵੱਡਾ ਸਬੂਤ ਆ ਆਪਣੇ ਕੋਲ। ਅੱਜ ਜਸ਼ਨਦੀਪ ਕੌਰ ਨੂੰ ਜੇ ਇਨਸਾਫ ਕਿਤੇ ਨਾ ਕਿਤੇ ਥੋੜੀ ਮੋਟੀ ਜਿਵੇਂ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਪ੍ਰਸ਼ਾਸਨ ਜਾਂ ਉਹਦੇ ਪੱਖੀ,
ਜੇ ਕੋਈ ਗੱਲ ਰਹਿ ਜਾਂਦੀ ਆ ਤਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਇਹ ਸਮਝ ਲੈਣ ਵੀ ਜੇ ਐਡੀ ਵੱਡੀ ਘਟਨਾ ਤੇ ਪ੍ਰਸ਼ਾਸਨ ਚੁੱਪ ਹੈ ਤਾਂ ਸਾਡੇ ਨਾਲ ਕਿੱਥੋਂ ਪ੍ਰਸ਼ਾਸਨ ਖੜਾ ਉਤਰੂਗਾ, ਕਿੱਥੋਂ ਸਹੀ ਹੋਊਗਾ ਸਾਡੇ ਨਾਲ। ਯੂਨੀਵਰਸਿਟੀ ਨੇ ਚੱਲੀ ਜਾਣਾ ਆ, ਵਿਦਿਆਰਥੀ ਨੇ ਆਉਂਦੇ ਜਾਂਦੇ ਰਹਿਣਾ ਆ, ਤੇ ਪਰ ਜੇ ਪ੍ਰਸ਼ਾਸਨ ਦੀ ਇਹ ਸੋਚ ਬਣ ਚੁੱਕੀ ਹੈ ਵੀ ਅਸੀਂ ਸਿਰਫ ਪ੍ਰੋਫੈਸਰ ਨੂੰ ਬਚਾਉਣਾ ਆ, ਪ੍ਰੋਫੈਸਰ ਤੇ ਨੇ ਕੋਈ ਕਾਰਵਾਈ ਹੋਣ ਦੇਣੀ ਤੇ ਵਿਦਿਆਰਥੀਆਂ ਦਾ ਜੋ ਹੁੰਦਾ ਹੋਈ ਜਾਵੇ, ਧੱਕਾ ਗਲਤ ਹੋਈ ਜਾਵੇ, ਉਹਨਾਂ ਨੂੰ ਕੋਈ ਫਰਜ਼ ਨੀ, ਮਤਲਬ ਨੀ ਹੈ ਕੋਈ, ਤਾਂ ਇਹ ਸੋਚ ਰਹਿਣ ਵਿਦਿਆਰਥੀ ਖਾਸ ਕਰਕੇ, ਕਿਉਂਕਿ ਪ੍ਰਸ਼ਾਸਨ ਤਾਂ ਕਰ ਰਹੇ ਆ ਜੋ ਉਹਨਾਂ ਨੇ ਕਰਨਾ, ਇਹ ਤਾਂ ਇੱਕ ਸੋਚ ਬਣੀ ਹੋਈ ਹੈ। ਆਪਣੀ ਉਮਰ ਹੈ, ਆਪਾਂ ਅੱਗੇ ਵਧਣਾ ਆ, ਉਹਦਾ ਨੌਕਰੀਆਂ ਲਈ ਬੈਠੇ ਨੇ, ਉਹਨਾਂ ਕੋਲ ਕੁਰਸੀਆਂ ਹੈਗੀਆਂ ਨੇ, ਆਪਾਂ ਸੋਚ ਰਹੇ ਹਾਂ ਵੀ ਆਪਾਂ ਇਹਨਾਂ ਨੂੰ ਕਿਵੇਂ ਸੁਧਾਰਨਾ, ਇਸ ਮਾਹੌਲ ਨੂੰ ਕਿਵੇਂ ਆਪਾਂ ਅੱਗੇ ਵਧਣਾ, ਤੇ ਆਉਣ ਵਾਲੇ ਵਿਦਿਆਰਥੀਆਂ ਲਈ ਵੀ ਆਪਾਂ ਕਿਵੇਂ। ਜੇ ਅੱਜ ਜਸ਼ਨਦੀਪ ਕੌਰ ਦੀ ਮੌਤ ਹੋ ਗਈ ਆ, ਜੇ ਉਹ ਇੰਨੀ ਮੈਂਟਲੀ ਹਰਾਸ਼ ਹੋਈ ਸੀ, ਜੇ ਉਹ ਇੱਥੋਂ ਤੱਕ ਗੱਲ ਪਹੁੰਚੀ ਵੀ ਉਹਦੀ ਮੌਤ ਤੱਕ ਹੋਰ ਤੇ ਆ ਗਈ, ਤਾਂ ਇਹਦੇ ਪਿੱਛੇ ਕਾਰਨ ਕੀ ਸੀ ਵੀ ਜਿਹੜੇ ਵਿਦਿਆਰਥੀ ਉਹ ਤੋਂ ਪਹਿਲਾਂ ਪੜ੍ਹ ਰਹੇ ਸੀ ਇੰਨੇ ਸਾਲਾਂ ਦੇ, ਉਹ ਬੋਲੇ ਨੀ, ਕਿਉਂਕਿ ਵੀਰ ਵੀ ਉਹਦਾ ਜਸ਼ਨਦੀਪ ਦੇ ਔਰ ਤੇ ਜਾਂ ਇੰਟੀਗ੍ਰੇਟਰ ਵਾਲਿਆਂ ਦੇ ਔਰ ਤੇ ਥੋੜਾ ਇਸ ਤਰ੍ਹਾਂ ਹੋਇਆ ਸੀ, ਉਹ ਤਾਂ ਲਗਾਤਾਰ ਪਿਛਲੇ ਸਾਲਾਂ ਤੋਂ ਉਹ ਅੱਜ ਮੂੰਹ ਨਾਲ ਕਹਿੰਦਾ ਸੀ ਪ੍ਰੋਫੈਸਰ ਕਿ ਮੈਂ ਤਾਂ ਆਈ ਹਾਂ, ਨਾ ਮੈਂ ਬਦਲਣਾ ਨਾ ਮੈਂ ਕਦੇ ਬਦਲਿਆ, ਉਦੋਂ ਕਿਉਂ ਨੀ ਵਿਦਿਆਰਥੀ ਬੋਲੇ। ਇਹੀ ਗੱਲ ਹੈ ਕਿ ਆਪਾਂ ਨੂੰ ਕਿਤੇ ਨਾ ਕਿਤੇ ਨੌਕਰੀਆਂ, ਕਿਤੇ ਨਾ ਕਿਤੇ ਆਪਦੇ ਨਿੱਜੀ ਜਿਹੜੇ ਨੀਟਾਂ ਨੇ ਜੋ ਆਪਣੀਆਂ ਲਾਲਸਾਵਾਂ ਨੇ ਉਹ ਮਾਰ ਜਾਂਦੀਆਂ ਨੇ, ਤਾਂ ਹੁਣ ਵੀ ਮੌਕਾ ਆ, ਹੁਣ ਵੀ ਆਪਾਂ ਲੜ ਸਕਦੇ ਹਾਂ, ਹੁਣ ਵੀ ਆਪਾਂ ਜਿੱਤ ਸਕਦੇ ਹਾਂ, ਹੁਣ ਵੀ ਆਪਾਂ ਕਿਤੇ ਨਾ ਕਿਤੇ ਸੁਧਾਰ ਕਰ ਸਕਦੇ ਹਾਂ ਇਹਦੇ ਵਿੱਚ। ਆਪਾਂ ਨੂੰ ਆਪਦੇ ਜਾਗ ਦੇ ਹੋਣ ਦਾ ਸਬੂਤ ਦੇਣਾ ਚਾਹੀਦਾ ਵਿਦਿਆਰਥੀਆਂ ਦੇ ਲਈ, ਖਾਸ ਕਰ ਕੁੜੀਆਂ ਦੇ ਲਈ ਥੋੜਾ ਜਿਹਾ ਸੋਚਣ ਦੀ ਲੋੜ ਹੈ। ਆਓ ਆਪਾਂ ਸਾਰੇ ਰਲ ਕੇ ਇਸ ਮੋਰਚੇ ਦਾ ਸਾਥ ਦਈਏ, ਇਸ ਮੋਰਚੇ ਨੂੰ ਅੱਗੇ ਵਧਾਈਏ ਤੇ ਆਪਾਂ ਜਿੱਤ ਪ੍ਰਾਪਤ ਕਰੀਏ, ਕਿਉਂਕਿ ਇਨਸਾਫ਼ ਤਾਂ ਹੋ ਕੇ ਰਹੂਗਾ, ਇਹ ਤਾਂ ਪੱਕੀ ਗੱਲ ਹੈ। ਪ੍ਰਸ਼ਾਸਨ ਕਿੰਨਾ ਕੁ ਟਾਈਮ ਮਤਲਬ ਅੱਖਾਂ ਬੰਦ ਕਰਕੇ ਬੈਠਾ ਰਹੂਗਾ, ਜੇ ਅੱਜ ਸਾਡੇ ਨਾਲ ਜਿੰਨੇ ਵੀ ਬਾਹਰੋਂ ਵੱਡੇ ਵਿਦਵਾਨ ਆਏ ਨੇ ਸਾਡੇ ਸਪੋਰਟ ਕਰਨ ਦੇ ਲਈ, ਜਾਗਦੀ ਜ਼ਮੀਰਾਂ ਵਾਲੇ ਸਾਡੇ ਕੋਲ ਪਹੁੰਚੇ ਨੇ, ਇਹਨਾਂ ਦਾ ਸਾਥ ਹੈ ਸਾਨੂੰ, ਕਿਉਂਕਿ ਹਰੇਕ ਪਾਸੇ ਹਰੇਕ ਸਮਾਜ ਦੇ ਵਿੱਚ ਦੋਵੇਂ ਧਿਰਾਂ ਹੁੰਦੀਆਂ ਨੇ, ਜੇ ਅੱਜ ਉਹਨੂੰ ਬਚਾਉਣ ਵਾਲੇ ਨੇ ਤਾਂ ਜਸ਼ਨਦੀਪ ਨੂੰ ਬਚਾਉਣ ਵਾਲੇ ਵੀ ਨੇ, ਜਸ਼ਨਦੀਪ ਨੂੰ ਸ਼ਰਧਾਂਜਲੀ ਦੇਣ ਵਾਲੇ, ਜਸ਼ਨਦੀਪ ਨੂੰ ਇਨਸਾਫ਼ ਦਵਾਉਣ ਵਾਲੇ ਵੀ ਅੱਜ ਇੱਥੇ ਬੈਠੇ ਨੇ, ਤਾਂ ਇਹ ਤਾਂ ਪ੍ਰਸ਼ਾਸਨ ਨਾ ਸੋਚ ਲਏ, ਹੋਣਾ ਤਾਂ ਨਿਬੜਨਾ ਸੱਚ ਹੈ, ਇਨਸਾਫ਼ ਮਿਲੂਗਾ ਕਿਤੇ ਨਾ ਕਿਤੇ, ਪਰ ਜਿਹੜੇ ਅੱਜ ਮਤਲਬ ਅੱਖਾਂ ਵਿੱਚ ਹੀ ਬੈਠੇ ਨੇ ਜਾਂ ਜਿਹੜੇ ਉਹਨੂੰ ਬਚਾਉਣ ਵਾਲੇ ਨੇ, ਕੱਲ ਨੂੰ ਸਾਰੀ ਜ਼ਿੰਦਗੀ ਉਹ ਸਿਰ ਚਾ ਕੇ ਨਹੀਂ ਜਿਉਂ ਸਕਣਗੇ, ਇਹ ਗੱਲ ਤੇ ਤੈਅ ਆ, ਕੱਲ ਨੂੰ ਉਹ ਨਹੀਂ ਕਿਤੇ ਸੱਚ ਦੇ ਲਈ ਲੜ ਸਕਣਗੇ। ਤੇ ਸਾਨੂੰ ਮਾਣ ਹੈ ਵੀ ਅਸੀਂ ਜਸ਼ਨਦੀਪ ਕੌਰ ਦੇ ਨਾਲ ਖੜੇ ਹਾਂ, ਉਹਨਾਂ ਦੇ ਪਿਤਾ ਜੀ ਬੈਠੇ ਨੇ, ਅਸੀਂ ਬਹੁਤ ਸਤਿਕਾਰ ਕਰਦੇ ਹਾਂ ਉਹਨਾਂ ਦਾ, ਤੇ ਉਹ ਵੀ ਸਾਡੇ ਨਾਲ ਸਾਥ ਦੇ ਰਹੇ ਨੇ ਲਗਾਤਾਰ, ਤੇ ਬਾਕੀ ਵੀ ਜਿਹੜੇ ਸਾਡੇ ਅੱਜ ਸਾਥ ਦੇਣ ਦੇ ਲਈ ਆਏ ਨੇ, ਬਹੁਤ ਬਹੁਤ ਧੰਨਵਾਦ, ਤੇ ਆਪਾਂ ਸੰਘਰਸ਼ ਜਾਰੀ ਰੱਖੀਏ ਤੇ ਜ਼ਰੂਰ ਲੜਾਂਗੇ, ਜ਼ਰੂਰ ਜਿੱਤਾਂਗੇ, ਜਿੱਤ ਲੜਦੇ ਲੋਕਾਂ ਦੀ, ਧੰਨਵਾਦ ਜੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਡਾਕਟਰ ਜਰਨੈਲ ਸਿੰਘ ਕਾਲੇਕਰ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਵਿਦਿਆਰਥੀਆਂ ਸਾਹਮਣੇ ਰੱਖਣ ਜੀ। ਸਰਦਾਰ ਜਰਨੈਲ ਸਿੰਘ ਕਾਲੇਕਰ, ਅੱਜ ਦੇ ਇਸ ਇਨਸਾਫ ਮੋਰਚੇ 'ਚ ਇਕੱਤਰ ਵੱਖ ਵੱਖ ਵਿਦਵਾਨ ਵਿਦਿਆਰਥੀ, ਸਭ ਤੋਂ ਪਹਿਲਾਂ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ, ਇਹ ਕਿਸੇ ਪ੍ਰੋਫੈਸਰ ਜਾਂ ਕਿਸੇ ਵਿਦਵਾਨ ਜਾਂ ਕਿਸੇ ਅਧਿਆਪਕ ਦੇ ਖਿਲਾਫ ਨਹੀਂ, ਅਸਲ ਵਿੱਚ ਇਹ ਜਿਹੜੀਆਂ ਯੂਨੀਵਰਸਿਟੀਆਂ, ਇਹਨਾਂ ਯੂਨੀਵਰਸਿਟੀਆਂ ਦਾ ਫਰਜ਼ ਹੈ ਕਿ ਇੱਥੋਂ ਦੇ ਵਿਦਿਆਰਥੀਆਂ ਨੂੰ ਇੱਕ ਮਾਹੌਲ ਦੇਣ, ਤਾਂ ਕਿ ਉਹ ਚੰਗਾ ਮਾੜਾ, ਨਿਆਂ ਅਨਿਆਂ ਤੇ ਪ੍ਰਜਾਤੰਤਰ ਲੋਕਤੰਤਰ ਬਾਰੇ ਸਿੱਖਣ,
ਹੁੰਦਾ ਕੀ ਹੈ ਕਿ ਜਦੋਂ ਇੱਥੇ ਇਹਨਾਂ ਯੂਨੀਵਰਸਿਟੀਆਂ 'ਚ ਬਹਿਸਾਂ ਹੁੰਦੀਆਂ, ਬੱਚੇ ਸਿੱਖਦੇ ਨੇ, ਰਿਸਰਚ ਕਰਦੇ ਨੇ, ਉਦੋਂ ਇੱਕ ਮਾਹੌਲ ਤਿਆਰ ਕਰਕੇ ਦੇਣਾ ਹੁੰਦਾ ਹੈ ਤਾਂ ਕਿ ਇਹ ਵਿਦਿਆਰਥੀ ਅੱਗੇ ਸਮਾਜ 'ਚ ਜਾ ਕੇ ਚੰਗਾ ਮਾੜਾ ਸਿੱਖ ਸਕਣ, ਗਲਤ ਨੂੰ ਗਲਤ ਕਹਿਣ ਦੇ ਕਾਬਲ ਹੋਣ, ਠੀਕ ਨੂੰ ਠੀਕ ਹੋਣ ਦੇ ਕਾਬਲ ਹੋਣ। ਇਹੀ ਲੋਕਤੰਤਰ, ਇਹੀ ਜਿਹੜਾ ਸਾਨੂੰ ਉੱਥੇ ਸਿਖਾਇਆ ਜਾਂਦਾ ਹੈ, ਜਿਹੜਾ ਸਿਖਾਇਆ ਜਾਣਾ ਚਾਹੀਦਾ ਹੈ ਕਿ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਹਰ ਇੱਕ ਬੰਦੇ ਨੂੰ ਆਜ਼ਾਦੀ ਹੈ ਕਿ ਉਹ ਆਪਣਾ ਪ੍ਰੋਟੈਸਟ ਕਰ ਸਕਦੇ, ਉਹ ਕਿਸੇ ਦੇ ਖਿਲਾਫ਼ ਆਪਣੇ ਵਿਚਾਰ ਰੱਖ ਸਕਦੇ ਨੇ। ਪਰ ਇਹ ਯੂਨੀਵਰਸਿਟੀ ਤੁਹਾਡੇ ਸਾਹਮਣੇ ਹੈ, ਜੇ ਕੁਝ ਵਿਦਿਆਰਥੀਆਂ ਨੇ ਕਿਸੇ ਗਲਤ ਕੰਮ ਦਾ ਵਿਰੋਧ ਕੀਤਾ, ਨਿਆਂ ਦੀ ਮੰਗ ਕੀਤੀ, ਤਾਂ ਇਹੀ ਯੂਨੀਵਰਸਿਟੀਆਂ ਨੇ ਉਹਨਾਂ ਵਿਦਿਆਰਥੀਆਂ ਨੂੰ ਐਕਸਪੈਲ ਕਰਤਾ। ਦੇਖੋ ਇਹਨਾਂ ਯੂਨੀਵਰਸਿਟੀ ਨੇ ਸਿਖਾਉਣਾ ਕੀ ਸੀ, ਸਗੋਂ ਕਰ ਕੀ ਰਹੇ ਨੇ। ਇੱਕ ਪ੍ਰਸ਼ਾਸਨ ਜਿਸ ਤਰ੍ਹਾਂ ਸਰਕਾਰਾਂ ਕਰਦੀਆਂ, ਸਰਕਾਰਾਂ ਲੋਕਾਂ ਦੇ ਖਿਲਾਫ਼ ਹੱਥ ਕੰਡੇ ਵਰਤਦੀਆਂ, ਉਵੇਂ ਯੂਨੀਵਰਸਿਟੀ ਨੇ ਹੱਥ ਕੰਡੇ ਵਰਤ ਕੇ ਪਹਿਲਾ ਸਟੈਪ ਹੈ ਜਿਹੜਾ ਡਰਾਉਣ ਵਾਲਾ ਸਟੈਪ ਹੁੰਦਾ, ਉਹ ਵਿਦਿਆਰਥੀ ਨੂੰ ਐਕਸਪੈਲ ਕੀਤਾ। ਤਾਂ ਅਸੀਂ ਕੀ ਆਸ ਕਰ ਸਕਦੇ ਹਾਂ ਕਿ ਯੂਨੀਵਰਸਿਟੀਆਂ ਚੰਗੇ ਨਾਗਰਿਕ ਪੈਦਾ ਕਰਨਗੀਆਂ, ਚੰਗੇ ਆਗੂ ਪੈਦਾ ਕਰਨਗੀਆਂ। ਤਾਂ ਅੱਜ ਵੱਡਾ ਸਵਾਲ ਇਹ ਹੈ ਕਿ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਉਹ ਮਾਹੌਲ, ਉਹ ਲੋਕਤੰਤਰਕ ਮਾਹੌਲ ਸਿਰਜਣ ਦੀ ਲੋੜ ਹੈ, ਜਿੱਥੇ ਹਰ ਇੱਕ ਵਿਦਿਆਰਥੀ, ਹਰ ਇੱਕ ਵਿਚਾਰ ਇੱਕ ਦੂਜੇ ਨਾਲ ਸੰਵਾਦ ਕਰਕੇ ਆਪਣੇ ਵਿਦਿਆਰਥੀ ਆਪਣਾ ਵਿਚਾਰ ਬਣਾਉਣ, ਵਿਦਿਆਰਥੀ ਆਪਣੇ ਚੰਗੇ ਨਾਗਰਿਕ ਬਣਨ। ਇੱਥੇ ਕੀ ਹੁੰਦਾ ਹੈ ਕਿ ਇੱਕ ਯੂਨੀਵਰਸਿਟੀ ਤੇ ਕਿਤਲਾ ਭਰੂ ਹੋ ਗਿਆ, ਉਹ ਆਪਣੇ ਧਰੇ ਦੀ ਸਰਪ੍ਰਸਤੀ ਵਾਸਤੇ ਹਰ ਇੱਕ ਵਿਰੋਧੀ ਵਿਚਾਰ ਨੂੰ ਵੀ, ਵਿਰੋਧੀ ਧੜੇ ਨੂੰ ਵੀ ਨਪੀੜਨ ਤੱਕ ਜਾਂਦਾ ਹੈ, ਜਿਸ ਤਰ੍ਹਾਂ ਸਰਕਾਰਾਂ ਕਰਦੀਆਂ, ਜਿਸ ਤਰ੍ਹਾਂ ਉਹ ਰਾਜੇ ਕਰਦੇ ਸੀਗੇ, ਉਸ ਤਰ੍ਹਾਂ ਇਹ ਯੂਨੀਵਰਸਿਟੀਆਂ ਦਾ ਆਪਣਾ ਕਿਰਦਾਰ ਹੋ ਗਿਆ। ਜਿੱਥੋਂ ਤੱਕ ਇਹਨਾਂ ਵਿਦਿਆਰਥੀਆਂ ਦੇ ਵਿੱਚ ਹੈ, ਮੈਂ ਵੀ ਇਹ ਯੂਨੀਵਰਸਿਟੀ 'ਚ ਪੜ੍ਹਿਆ, ਇੱਥੋਂ PhD ਕੀਤੀ ਹੈ। ਉਹਨਾਂ ਸਮਿਆਂ 'ਚ ਵੀ ਕੁਛ ਅਧਿਆਪਕ ਅਜਿਹੇ ਹੁੰਦੇ ਨੇ, ਖਾਸ ਕਰਕੇ ਜਿਹੜੇ ਸਰਵ ਸਕੋਲਰ ਨੇ, ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਇੱਥੋਂ ਤੱਕ ਜੇ ਨਹੀਂ ਕੁਛ ਕਰਦੇ ਸੀ ਤਾਂ ਡਿਲੇਅ ਕਰ ਉਹਨੂੰ 7-8 ਸਾਲ ਉਹਦੇ 'ਤੇ ਲਵਾ ਲੈਂਦੇ ਸੀ। ਪਰ ਜੋ ਮਾਹੌਲ ਹੁਣ ਹੈ ਉਦੋਂ ਫਿਰ ਵੀ ਫਰਕ ਸੀ। ਜੋ ਮਾਹੌਲ ਹੁਣ ਕ੍ਰੀਏਟ ਕੀਤਾ ਗਿਆ ਇਸ ਯੂਨੀਵਰਸਿਟੀ ਦੇ ਵਿੱਚ, ਉਹ ਬਹੁਤ ਹੀ ਨਿੰਦਣਯੋਗ ਹੈ। ਅਤੇ ਜਿੱਥੇ ਆਪਾਂ ਇਸ ਧੀ ਦੇ ਇਨਸਾਫ਼ ਦੀ ਗੱਲ ਕਰਦੇ ਹਾਂ, ਉੱਥੇ ਇਹਨਾਂ ਯੂਨੀਵਰਸਿਟੀਆਂ ਦੇ ਜਿਹੜੇ ਮਾਹੌਲ ਨੂੰ ਲੋਕਤੰਤਰਕ ਬਣਾਉਣ ਦੀ ਲੋੜ ਹੈ। ਇੱਥੇ 100 ਫੁੱਲਾਂ ਦੀ ਫੁਲਵਾਰੀ ਹੋਣੀ ਚਾਹੀਦੀ ਹੈ, ਜਿੱਥੇ ਹਰ ਇੱਕ ਬੰਦੇ ਨੂੰ ਆਪਣਾ ਵਿਚਾਰ ਰੱਖਣ ਦਾ ਆਪਣਾ ਦਾ ਅਧਿਕਾਰ ਹੋਵੇ। ਤਾਂਹੀਓ ਮਨੁੱਖ ਦੀ ਜਿਹੜੀ ਸਿਰਜਣਾ ਵੀ ਉਸ ਸੰਵਾਦ 'ਚ ਹੁੰਦੀ ਹੈ, ਜੇ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਿੱਖੇ। ਤਾਂ ਮੇਰੀ ਬੇਨਤੀ ਸਾਰੀਆਂ ਧਿਰਾਂ ਨੂੰ, ਸਾਰੀਆਂ ਜਥੇਬੰਦੀਆਂ ਨੂੰ, ਸਾਰੇ ਲੋਕਾਂ ਨੂੰ ਕਿ ਆਪਣੇ ਜਿਹੜੇ ਵਿਚਾਰਾਂ ਤੋਂ ਉੱਪਰ ਉੱਠ ਕੇ ਇੱਕ ਇਨਸਾਫ਼ ਦੀ ਲੜਾਈ ਦੇ ਵਿੱਚ ਜਿਹੜਾ ਹਿੱਸਾ ਪਾਈਏ, ਅਤੇ ਸਾਨੂੰ ਉਹ ਹਿੱਸਾ ਪਾਉਣਾ ਵੀ ਚਾਹੀਦਾ। ਇਸ ਮੋਰਚੇ ਨੂੰ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪੂਰਨ ਸਮਰਥ ਦਿੰਦੇ ਹਾਂ। ਜਦੋਂ ਵੀ ਕਿਤੇ ਇਹਨਾਂ ਨੂੰ ਲੋੜ ਹੋਈ ਸਾਨੂੰ ਸੱਦਾ ਦਿਓ, ਅਸੀਂ ਹੁੰਮਾ ਕੇ ਜਿਹੜਾ ਇੱਥੇ ਪਹੁੰਚਾਂਗੇ। ਮੈਂ ਇਹਨਾਂ ਵਿਦਿਆਰਥੀਆਂ ਨੂੰ ਅਪੀਲ ਕਰਦਾ
ਕਿ ਤੁਹਾਡੀ ਹੁਣ ਜ਼ਰੂਰਤ ਹੈ ਕਿ ਤੁਸੀਂ ਯੂਨੀਵਰਸਿਟੀ ਦੇ ਹਰ ਕੋਨੇ 'ਚ ਜਾ ਕੇ ਉਹਨਾਂ ਵਿਦਿਆਰਥੀਆਂ ਨੂੰ ਸਮਝਾਓ, ਕਨਵਿੰਸ ਕਰੋ, ਕਿਉਂਕਿ ਇਹਨਾਂ ਬਾਰੇ ਬਹੁਤ ਹੱਥਕੰਡੇ ਨੇ ਵਿਦਿਆਰਥੀਆਂ ਨੂੰ ਪਾੜਨ ਦੇ, ਵਿਦਿਆਰਥੀਆਂ ਨੂੰ ਕਨਫਿਊਜ਼ ਕਰਨ ਦੇ। ਵਿਦਿਆਰਥੀਆਂ ਨੂੰ ਕਨਫਿਊਜ਼ ਕਰ ਦਿੱਤਾ ਜਾਂਦਾ ਜਦੋਂ ਕੋਈ ਇੱਕ ਗੱਲ ਚੱਲਦੀ ਹੈ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਹੋਰ ਗੱਲਾਂ ਚਲਾ ਕੇ ਅੱਧੇ ਵਿਦਿਆਰਥੀ ਕਨਫਿਊਜ਼ ਕਰਦੇ ਨੇ। ਹੁਣ ਤੁਹਾਡੀ ਸਮਝਦਾਰੀ ਹੈ ਜਿਹੜੇ ਇੱਥੇ ਵਿਦਿਆਰਥੀ ਆਗੂ ਨੇ ਕਿ ਤੁਸੀਂ ਜਿਹੜੇ ਬਾਕੀ ਵਿਦਿਆਰਥੀ ਹੈ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਕਿਵੇਂ ਨਾਲ ਲੈ ਕੇ ਆਉਣਾ ਹੈ। ਇਹ ਦੋ ਤਰ੍ਹਾਂ 'ਚ ਲੜਾਈ ਹੁੰਦੀ ਆਈ ਹੈ, ਹੁੰਦੀ ਰਹਿਣੀ ਹੈ ਅਤੇ ਹੁੰਦੀ ਰਹੇਗੀ। ਉਹ ਤੁਹਾਡੀ ਕਾਮਯਾਬੀ ਹੈ, ਤੁਹਾਡੀ ਲੀਡਰਸ਼ਿਪ ਹੈ ਕਿ ਤੁਸੀਂ ਲੋਕਾਂ ਨੂੰ ਕਿਵੇਂ ਕਨਵਿੰਸ ਕਰਦੇ ਹੋ। ਜਿੱਥੋਂ ਤੱਕ ਬਾਹਰੋਂ ਸਪੋਰਟ ਹੈ, ਅਸੀਂ ਲੋਕ ਬਾਹਰੋਂ ਸਪੋਰਟ ਤੁਹਾਨੂੰ ਡਟ ਕੇ ਦੇਵਾਂਗੇ। ਮੈਂ ਇੰਨਾ ਹੀ ਕਹਿੰਦਾ ਹਾਂ ਕਿ ਮੈਂ ਅੱਜ ਕਾ ਵਾਹਿਗੁਰੂ ਖਾਲਸਾ ਵਾਹਿਗੁਰੂ।